ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਪਾਂ ਆਲੂ ਵਾਲੇ ਖੇਤ ਤਿਆਰ ਕਰ ਰਹੇ ਹਾਂ, ਜਿਹੜੀ ਝੋਨੇ ਦੀ ਵਢਾਈ ਹੋਈ ਸੀਗੀ। ਇਸ ਸਾਲ ਬਿਨਾਂ SMS ਤੋਂ ਵਢਾਇਆ ਸੀਗਾ ਝੋਨਾ, ਅਤੇ ਅੱਗੇ ਤਾਂ ਹਰੇਕ ਵਾਰੀ ਆਪਾਂ SMS ਨਾਲ ਹੀ ਵਢਾਉਂਦੇ ਸੀ। ਐਤਕੀ ਬਿਨਾਂ SMS ਤੋਂ ਵਢਾਇਆ, ਥੋੜ੍ਹਾ ਜਿਹਾ ਵਹਾਈ 2-3 ਵਾਰੀ ਵੱਧ ਗਈ ਹੈ। ਅਤੇ ਤੀਜੀ ਵਾਰੀ ਤਵੀਆਂ ਹੋ ਗਈਆਂ, ਅਤੇ 3 ਵਾਰੀ ਅਸੀਂ ਰੂਟਾਵੇਟਰ ਫੇਰਿਆ, ਮਿੱਟੀ ਪਲਟਾ ਕੇ। ਪਹਿਲਾਂ ਮਲਚਰ ਫੇਰਿਆ, ਫਿਰ ਮਿੱਟੀ ਪਲਟਾਈ, ਅਤੇ 3 ਵਾਰੀ ਤਵੀਆਂ ਹੋ ਗਈਆਂ, ਅਤੇ 3 ਵਾਰੀ ਆ ਰੂਟਾਵੇਟਰ ਹੋ ਗਿਆ। ਖਰਚਾ ਜਿਹੜਾ ਤੇਲ ਦਾ ਤਕਰੀਬਨ 25-30 ਲੀਟਰ ਦੇ ਵਿੱਚ ਵਿੱਚ ਤੁਹਾਡਾ ਆਉਣਾ ਹੀ ਆਉਣਾ, ਇੰਨਾ ਸਾਡਾ ਆ ਜਾਣਾ ਆ, ਕਿਉਂਕਿ ਵਹਾਈ ਤੋਂ ਪਤਾ ਲੱਗ ਹੀ ਜਾਂਦਾ ਹੈ। ਅਤੇ ਤੁਸੀਂ ਜੋ ਰੇਟ ਹੈਗਾ ਉਸ ਹਿਸਾਬ ਨਾਲ ਤੁਸੀਂ ਗੁਣਾ ਕਰ ਲਿਓ ਤੇਲ ਨੂੰ। ਆਈ ਥਿੰਕ 2500 ਤੋਂ 3000 ਰੁਪਈਆ ਤੁਹਾਡਾ ਤੇਲ ਦਾ ਲੱਗਣਾ ਹੀ ਲੱਗਣਾ। ਵਧੀਆ ਖੇਤ ਤਿਆਰ ਕਰਦੇ, ਜਿੱਦਾਂ ਖੇਤ 'ਚ ਡਲੀ ਹੋਵੇ 1-2 ਵਾਰੀ ਵਹਾਈ ਵੱਧ ਦੇਣੀ ਪੈਂਦੀ ਹੈ। ਅਤੇ ਆਲੂ ਫੇਰ ਹੀ ਫਾਇਦਾ ਆ ਲਾਉਣ ਦਾ, ਕਿਉਂਕਿ ਖੇਤ 'ਚ ਡਲੀਆਂ ਹੋਈਆਂ ਆਲੂ ਤੁਹਾਡੇ ਵੀ ਵਿੰਗੇ ਟੇਢੇ ਹੋ ਜਾਣੇ ਆ। ਆਲੂਆਂ ਨੂੰ ਵਹਾਈ ਬਹੁਤ ਜ਼ਰੂਰੀ ਆ, ਜਿੰਨੀ ਵਹਾਈ ਹੋਊਗੀ ਉਨਾ ਹੀ ਫਾਇਦਾ ਹੈ, ਕਿਉਂਕਿ ਵੱਟ ਪੋਲੀ ਰਹਿੰਦੀ ਆ, ਆਲੂ ਵਧੀਆ ਮੋਟਾ ਹੁੰਦਾ ਆ, ਸਾਇਜ਼ ਸੋਹਣਾ ਬਣਦਾ ਆ, ਅਤੇ ਝਾੜ ਨੂੰ ਵੀ ਫਰਕ ਪੈਂਦਾ ਆ। ਪੱਕੀ ਵਹਾਈ ਕਰਦੇ ਮੈਂ ਹੁਣ, ਪੱਕੀ ਪਟਾਈ ਲਈ ਆਪਾਂ ਖੇਤ ਤਿਆਰ ਕਰਦੇ ਮੈਂ। ਕੱਚੀ ਪਟਾਈ ਦੇ ਜਿਹੜੇ ਆਲੂ ਲਾਏ ਸੀ ਉਹ ਤਾਂ ਵਾਹੁਣੇ ਪਏ, ਆਪਾਂ 20-22 ਤਰੀਕ ਨੂੰ ਲਾਏ ਸੀਗੇ, ਮੀਂਹ ਪੈ ਗਿਆ ਸੀਗਾ, ਅਤੇ ਜੰਮ ਉਹਦਾ 50% ਹੀ ਨਿਕਲਿਆ, ਇਸ ਕਰਕੇ ਵੀ ਸੀਗਾ ਫਾਇਦਾ ਨਹੀਂ ਵੀ ਰੱਖਣ ਦਾ, ਵਾਹ ਕੇ ਦੁਬਾਰਾ ਹੀ ਲਾ ਦਿੰਦੇ ਹਾਂ। ਚਲੋ ਗੱਟੇ ਹੀ ਆ, ਘਰ ਦਾ ਬੀਜ ਸੀਗਾ, ਲਾ ਦਿੱਤਾ। ਮੁੱਲ ਲੈ ਕੇ ਲਾਉਣੇ ਬਹੁਤ ਔਖੇ ਆ, ਕਿਉਂਕਿ ਪਹਿਲਾਂ ਵੀ ਮੁੱਲ ਲਿਆ ਜ਼ਿਮੀਂਦਾਰਾਂ ਨੇ, ਦੁਬਾਰਾ ਫਿਰ ਮੁੱਲ ਲੈਣਾ, ਮਤਲਬ ਕਿ ਉਹੀ ਤੁਹਾਡਾ ਜੇ 30 ਗੱਟੇ ਪੈ ਦਾ ਸਤੂਤੀ ਹੈ 21-22 ਹਜ਼ਾਰ ਦਾ, 22-23 ਹਜ਼ਾਰ ਦਾ ਬੀਜ ਤੁਸੀਂ ਪਾ ਲਿਆ, ਆਪਣਾ ਤੁਹਾਨੂੰ ਗੱਟਾ ਚੱਲਦਾ ਸੀ ਮਾਰਾ ਨੰਬਰ 800 ਨੂੰ। 20-25 ਹਜ਼ਾਰ ਦਾ ਬੀਜ ਪਹਿਲਾਂ ਪਾਇਆ, 20-25 ਹਜ਼ਾਰ ਦਾ ਤੁਸੀਂ ਫੇਰ ਪਾਓਗੇ, 50 ਹਜ਼ਾਰ ਦਾ ਤਾਂ ਤੁਹਾਡਾ ਬੀਜ ਹੋ ਗਿਆ। ਨਿਕਲਣੇ ਆਲੂ ਕਿੰਨੇ ਕੁ ਦੇ ਆ, ਇੱਥੋਂ ਜ਼ਿਮੀਂਦਾਰ ਮਾਰਿਆ ਜਾਂਦਾ ਆ। ਅਤੇ ਬਾਕੀ ਮੌਸਮ ਦੇ ਅੱਗੇ ਆਪਣਾ ਜੋੜਨਾ ਹੀ ਗਾ, ਆਹੀ ਗੱਲਾਂ ਬਾਤਾਂ ਆ। ਅਤੇ ਬਾਕੀ ਮਿਲਦੇ ਆ ਤੁਹਾਨੂੰ ਹੁਣ ਅਗਲੀ ਵੀਡੀਓ 'ਚ, ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਅਤੇ ਚੈਨਲ ਨੂੰ ਸਬਸਕ੍ਰਾਈਬ, ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਿਓ। ਟਰੈਕਟਰ ਵੀ ਆਪਣਾ TLO ਜੀ ਚੱਲਦਾ ਪਿਆ, ਟਰੈਕਟਰ ਦਾ ਬੜਾ ਜ਼ੋਰ ਨਾਲ ਲੱਗੇ, ਨਾ ਬੜਾ ਖਾਲੀ ਚੱਲੇ ਅਤੇ ਨਾ ਬੜਾ ਜ਼ੋਰ ਲੱਗੇ। ਆਪਾਂ ਸਿਰਫ ਡਲੀ ਮਾਰਨੀ ਆ, ਨਵੀਆਂ ਮਿੱਟੀ ਮਾੜੀ ਮੋਟੀ ਪਲਟਾ ਦਿੰਦੀਆਂ, ਡਲੀ ਮਾਰਨ ਲਈ ਆਪਾਂ ਰੂਟਾਵੇਟਰ ਮਾਰਨਾ। ਜੇ ਦੂਜੇ ਲੋਅ 'ਚ ਜਾਂ ਪਹਿਲੇ ਲੋਅ 'ਚ ਚਲਾਇਆ ਵੀ ਤਾਂ ਤੇਲ ਬਹੁਤ ਲੱਗਣਾ, ਇਸ ਕਰਕੇ TLO ਜੀ ਚਲਾਉਂਦੇ ਹਾਂ ਆਪਾਂ। 2.5 ਲੀਟਰ ਤੋਂ 2.75 ਲੀਟਰ ਦੇ ਵਿੱਚ ਵਿੱਚ ਖੇਤ ਪਾ ਦਿੰਦਾ ਹੈ, ਟਾਈਮ 'ਤੇ ਨਿਬੜ ਜਾਂਦਾ, ਦੂਏ ਲੋਅ 'ਚ ਟਾਈਮ ਬਹੁਤ ਲੱਗਣਾ, ਇਹ ਚਾਹੀਦੀ ਕਿ ਸਪੀਡ ਨਾਲ ਚੱਲੀ ਜਾਂਦਾ।